GST ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਖਿਲਾਫ਼ ਦੇਸ਼ ਭਰ ਦੇ ਟਰੱਕ ਆਪਰੇਟਰਾਂ ਦਾ 2 ਦਿਨ ਦਾ ਚੱਕਾ ਜਾਮ ਐਤਵਾਰ ਅੱਧੀ ਰਾਤ ਤੋਂ ਸ਼ੁਰੂ ਹੋ ਗਿਆ ਹੈ। ਟਰੱਕ ਆਪਰੇਟਰਾਂ ਨੇ ਧਮਕੀ ਦਿੱਤੀ ਕਿ 2 ਦਿਨ ਦੀ ਇਸ ਸੰਕੇਤਕ ਹੜਤਾਲ ਦੇ ਬਾਵਜੂਦ ਜੇ ਉਹਨਾਂ ਦੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਦੀਵਾਲੀ ਦੇ ਨੇੜੇ ਤੇੜੇ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਹੋ ਸਕਦੀ ਹੈ। ਟਰੱਕ ਆਪਰੇਟਰਾਂ ਦੀ ਇਹ ਮੰਗ ਹੈ ਕਿ GST ਵਿੱਚ ਉਹਨਾਂ ਨੂੰ ਰਾਹਤ ਦਿੱਤੀ ਜਾਵੇ ਅਤੇ ਪੁਰਾਣੇ ਟਰੱਕ ਵੇਚਣ ਉੱਤੇ ਲੱਗਣ ਵਾਲੇ 28% ਟੈਕਸ ਦੀ ਵਿਵਸਥਾ ਨੂੰ ਖਤਮ ਕਰ ਦਿੱਤਾ ਜਾਵੇ। 2 ਦਿਨ ਦੀ ਇਸ ਹੜਤਾਲ ਨਾਲ ਦੇਸ਼ ਭਰ ਵਿੱਚ ਸਰਕਾਰ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਸੰਦੇਹ ਹੈ। ਆਲ ਇੰਡੀਆ ਮੋਟਰਸ ਟਰਾਂਸਪੋਰਟ ਕਾਂਗਰਸ ਦੇ ਉੱਤਰੀ ਭਾਰਤ ਦੇ ਉਪ ਪ੍ਰਧਾਨ ਹਰੀਸ਼ ਸੱਭਰਵਾਲ ਮੁਤਾਬਕ 48 ਘੰਟੇ ਤੱਕ ਦੇਸ਼ ਭਰ ਦੇ 93 ਲੱਖ ਟਰੱਕਾਂ ਦਾ ਚੱਕਾ ਜਾਮ ਰਹੇਗਾ। 50 ਲੱਖ ਬੱਸਾਂ ਦੇ ਆਪਰੇਟਰ ਵੀ ਸਾਡੀ ਯੂਨੀਅਨ ਦੇ ਮੈਂਬਰ ਹਨ, ਪਰ ਫਿਲਹਾਲ ਉਹਨਾਂ ਨੂੰ ਹੜਤਾਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਟਰੱਕ ਆਪਰੇਟਰਾਂ ਦੀ ਇਸ ਹੜਤਾਲ ਨਾਲ ਰੋਜ਼ਮਰ੍ਹਾ ਦੀਆਂ ਚੀਜ਼ਾਂ ਦੀ ਸਪਲਾਈ ਰੁਕ ਜਾਏਗੀ, ਜਿਸ ਨਾਲ ਹੋਰ ਮਹਿੰਗਾਈ ਵਧਣ ਦੇ ਆਸਾਰ ਨਜ਼ਰ ਆ ਰਹੇ ਨੇ। ਬਿਊਰੋ ਰਿਪੋਰਟ, ETV ਨਿਊਜ਼।